ਕੀ ਹਾਲ ਆ ਸੱਜਣੋ ਤੇ ਬੇਲੀਓ, ਤੁਸੀਂ ਦੇਖ ਰਹੇ ਹੋ ਵਨ ਮੈਨ ਟੀਵੀ ਤੇ ਮੈਂ ਤੁਹਾਡਾ ਆਪਣਾ ਨਈਮ ਸ਼ੌਕੀ। ਨਾਜ਼ਰੀਨ, ਅਸੀਂ ਆਏ ਆ ਪੀਸੀ ਬੂਰਬਲ। ਆ ਤੁਸੀਂ ਵੇਖ ਰਹੇ ਹੋਵੋਗੇ ਪਹਾੜ ਪਹੂੜ ਪਿੱਛੇ ਨਜ਼ਰ ਆ ਰਹੇ ਹੋਣਗੇ, ਬਹੁਤ ਠੰਡ ਆ ਇੱਥੇ, ਇੰਨੀ ਠੰਡ ਆ। ਮੈਂ ਤੇ ਸਾਡੇ ਜ਼ਫਰ ਇਰਸ਼ਾਦ ਸਾਹਿਬ ਅਸੀਂ ਕਮਰੇ 'ਚ ਸੁੱਤੇ ਸਾਂ ਤੇ ਇੱਕ ਬੰਦਾ ਮੈਨੂੰ ਕਹਿੰਦਾ ਭਾਜੀ ਕੁੰਡੀ ਖੋਲਿਓ। ਮੈਂ ਕਿਹਾ ਭਾਈ ਕੁੰਡੀ ਠੰਡੀ ਆ, ਤੂੰ ਟੱਪ ਕੇ ਆ ਜਾ। ਸਾਡੇ ਨਾਲ ਟੀਵੀ ਦੀ ਬੜੀ ਵਧੀਆ ਫਨਕਾਰ ਕੋ ਹੋਸਟ ਸਭਾ ਅਜ਼ੀਜ਼ ਜੀ, ਆਓ ਤੁਹਾਡੀ ਉਹਨਾਂ ਨਾਲ ਗੱਲ ਕਰੀਏ। ਕੀ ਹਾਲ ਆ ਜੀ ਸਭਾ ਜੀ? ਦਿਲ ਤੋਂ ਮੈਂ ਇੰਜ ਉਤਰਨਾ, ਪਹਾੜ ਤੋਂ ਨੀ ਮੇਰੇ ਕੋਲ ਉਤਰਿਆ ਜਾਂਦਾ। ਦਿਲ ਸੇ ਉਤਰੇ? ਤੁਹਾਡੇ ਵੀ ਦਿਲੋਂ ਉਤਰ ਗਿਆ? ਮੈਂ ਨਹੀਂ ਨਹੀਂ ਐਸੀ ਬਾਤ ਨਹੀਂ ਹੈ, ਮੇਰੇ ਦਿਲ ਸੇ ਨਹੀਂ ਉਤਰੇ। ਮੇਰੇ ਦਿਲ ਮੇ ਨਈਮ ਸ਼ੌਕੀ ਸਾਹਿਬ ਆਰਟਿਸਟ ਕੀ ਬਹੁਤ ਇੱਜ਼ਤ ਹੈ, ਬਹੁਤ ਕਦਰ ਹੈ, ਔਰ ਮੈਂ ਹਰ ਆਰਟਿਸਟ ਕੀ ਬਹੁਤ ਇੱਜ਼ਤ ਔਰ ਕਦਰ ਕਰਨਾ ਜਾਣਦੀ। ਅੱਛਾ, ਤੁਸੀਂ ਬੋਲਦੇ ਹੋ ਤੇ ਦਿਲ ਲੱਗ ਜਾਂਦਾ। ਤੁਹਾਡੇ ਵਰਗੀ ਖੂਬਸੂਰਤ ਬੀਵੀ ਹੋਵੇ ਨਾ, ਬੰਦਾ ਘਰੋਂ ਹੀ ਨਹੀਂ ਨਿਕਲਦਾ। ਉਹ ਨਹੀਂ ਯਾਰ, ਤੁਹਾਡੀ ਭਰਜਾਈ ਸਖਤ ਹੈਗੀ, ਮੈਂ ਨਹੀਂ ਨਿਕਲ ਸਕਦਾ। ਆ ਸਾਡੀਆਂ ਬੀਵੀਆਂ ਵਿਚਾਰੀਆਂ ਟੀਰੀਆਂ ਟੀਰੀਆਂ ਹੈਲਦੀ ਜੀਆਂ, ਅਸੀਂ ਸ਼ੋਅ ਤੋਂ ਬਾਅਦ ਵੀ ਹੋਟਲ ਤੇ ਬੈਠੇ ਰਹੇ ਨੇ, ਵੀਰੇ ਬਣਾ ਚਾਰ ਚਵਾਂ, ਕਿਹੜਾ ਦਿਨ ਚੜਿਆ। ਅਸੀਂ ਯਕੀਨ ਕਰੋ ਸਭਾ ਜੀ, ਤੁਹਾਨੂੰ ਮੈਂ ਇਹ ਪੁੱਛਣਾ, ਅਸੀਂ ਉਹਨਾਂ ਮੁਹੱਲਿਆਂ ਚ ਰਹਿੰਦੇ ਹਾਂ ਕਿ ਜਿੱਥੇ ਨੀਂਦ ਹੀ ਨੀ ਪੂਰੀ ਹੁੰਦੀ। ਬੰਦਾ ਥੋੜੀ ਜਿਹੀ ਅੱਖ ਲਾਉਂਦਾ, ਨਾਲ ਦਿਆਂ ਦਾ ਮੁੰਡਾ ਗੇਂਦ ਮਾਰ ਕੇ ਕਹਿੰਦਾ ਬਾਜੀ ਗੇਂਦ ਆਇਆ ਸੀ, ਇਹ ਹਲਕੀ ਜਿਹੀ ਨੀਂਦ ਆਉਂਦੀ ਤੇ ਬਾਹਰੋਂ ਇੱਕ ਬੰਦਾ ਕਹਿੰਦਾ ਪਾਪੜੇ। ਬਹੁਤ ਕੰਮ ਕੀਤਾ ਮੈਂ, ਤੁਹਾਡੇ ਡਰਾਮੇ ਦੇਖੇ, ਰਾਤੀ ਤੁਸੀਂ ਸ਼ੋਅ ਚ ਵੀ ਕਮਾਲ ਕਰ ਛੱਡਿਆ। ਪੂਰੇ ਸ਼ੋਅ ਚ ਲੋਕਾਂ ਨੇ ਤੁਹਾਡਾ ਇੰਨਾ ਪਿਆਰ ਕੀਤਾ, ਇੰਨੀ ਮੁਹੱਬਤ ਕੀਤੀ, ਤੁਹਾਡੇ ਵਰਗੀ ਖੂਬਸੂਰਤ ਕੁੜੀ ਦਫ਼ਤਰ ਚ ਲੱਗੀ ਹੋਵੇ ਨਾ ਤਾਂ 150 ਮੁੰਡਾ ਸਵੇਰੇ 7 ਵਜੇ ਤਿਆਰ ਹੋਣ ਲੱਗ ਪੈਂਦਾ, ਉਹ ਭਾਈ ਉਹ ਆ ਗਈ ਹੋਣੀ ਜੇ, ਹੈ ਨਾ? ਬਿਲਕੁਲ ਐਸੇ ਪਿਆਰੇ ਹੋ। ਤੁਹਾਡੇ ਵਰਗੀ ਖੂਬਸੂਰਤ ਕੁੜੀ ਹੋਵੇ ਤੇ ਡਰਾਈਵਰ ਉੱਥੇ ਗੇਅਰ ਲਾਈ ਜਾਂਦਾ, ਅੱਗੇ ਨੀ ਜਾਂਦਾ ਭਾਈ, ਗੇਅਰ ਫਸ ਰਿਹਾ, ਅੱਗੇ ਜਾਂਦਾ ਹੀ ਨੀ, ਉੱਥੇ ਵੇਖੀ ਜਾਂਦਾ ਗੌਰ। ਤੁਹਾਡੇ ਵਰਗੀ ਪਿਆਰੀ ਬੀਵੀ ਹੋਵੇ ਤੇ ਬੰਦਾ ਮਰੀ ਲਿਆ ਕੇ ਵੀ ਕਹਿੰਦਾ ਵੋ ਦੇਖੋ ਚਾਂਦ, ਵੋ ਦੇਖੋ। ਸਾਡੀਆਂ ਮੂੰਹੋਂ ਵੀ ਕਹਿਣ ਨਾ ਕਰਮ ਵਾਲਿਆ, ਤੂੰ ਕਿੰਨਾ ਚੰਨ ਵਹਾਵਾਂਗਾ, ਓ ਵੇਖ ਅੰਨੀ ਹੋਈ। ਸਭਾ ਜੀ, ਸ਼ਾਦੀ ਦੇ ਬਾਰੇ ਕੀ ਖਿਆਲ ਆ? ਸ਼ਾਦੀ ਅਭੀ ਜ਼ੇਨ ਬਣਾ ਲਓ, ਹਲੇ ਮੇਰਾ ਵੀ ਦਿਲ ਨਹੀਂ ਕਰ ਰਿਹਾ, ਮੇਰੇ ਕੋਲ ਵੀ ਟਾਈਮ ਖੁੱਲਾ ਹੈ। ਠੰਡ ਤੋਂ ਬਹੁਤ ਡਰਨੇ ਆ। ਸਾਡੇ ਮੁਹੱਲੇ ਚ ਨਾ ਘਰ ਨੂੰ ਅੱਗ ਲੱਗ ਗਈ, ਉਹ 3-4 ਬੱਚੇ ਵਿੱਚ ਸੜ ਕੇ ਮਰ ਗਏ। ਉਹ ਪੁਲਿਸ ਆਈ, ਉਹਨਾਂ ਕਹਾ ਬਾਬਾ ਜੀ ਜਦੋਂ ਅੱਗ ਲੱਗੀ ਤੁਸੀਂ ਕਿੱਥੇ ਸੋ? ਕਹਿੰਦਾ ਮੋਤੀ ਵਾਲਿਓ, ਮੈਂ ਪਿੱਛੇ ਖਲੋ ਕੇ ਸੇਕਣ ਡਿਆ ਸੀ। ਮੈਨੂੰ ਬਹੁਤ ਵੇਖੋ, ਮੈਂ ਟਰੈਕ ਸੂਟ ਪਾਇਆ ਉੱਤੇ। ਮੈਂ ਮਤਲਬ ਹਾਂ, ਘਰ ਮੇ ਮੁਝੇ ਲੱਗਦਾ ਆਪ ਕੋ ਇਹ ਚੀਜ਼।